ਅੱਜ ਆਪਾਂ ਸਾਰੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਜੱਦੀ ਘਰੇ ਆਏ ਹਾਂ। ਇਹ ਘਰ ਹੂਬਹੂ ਉਸੇ ਹਾਲਾਤ ਦੇ ਵਿੱਚ ਆ ਜਿਹਨੂੰ ਕਦੇ ਸਰਾਭੇ ਨੇ ਆਪਣੇ ਹੱਥਾਂ ਨਾਲ ਛੋਹਿਆ, ਜਿਹਦੇ ਦਰਵਾਜ਼ਿਆਂ ਨੂੰ ਕਦੇ ਸਰਾਭੇ ਨੇ ਆਪਣੇ ਹੱਥਾਂ ਨਾਲ ਖੋਲ੍ਹਿਆ। ਇਹ ਉਹੀ ਪਵਿੱਤਰ ਜਗ੍ਹਾ ਜਿੱਥੋਂ ਇੰਨੀ ਮਹਾਨ ਸੋਚ, ਇੰਨੀ ਮਹਾਨ ਸ਼ਖਸੀਅਤ ਪੈਦਾ ਹੋਈ, ਇਸੇ ਕਮਰਿਆਂ ਦੇ ਵਿੱਚ ਖੇਡਿਆ। ਇਸੇ ਘਰ ਦੇ ਮਾਲਕ ਨੇ ਅੱਗੇ ਜਾ ਕੇ ਪੂਰੇ ਹਿੰਦੁਸਤਾਨ ਨੂੰ ਆਪਣਾ ਘਰ ਲੈ ਕੇ ਦਿੱਤਾ। ਆ ਜਾਓ ਕਰਦੇ ਹਾਂ ਕੁਝ ਗੱਲਾਂ ਵਿਸਥਾਰ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਨਾ ਕਹਿ ਲਓ ਕਿ ਸਾਰੇ ਭਾਰਤ ਨੂੰ ਅਤੇ ਜਿੱਥੇ ਵੀ ਪੰਜਾਬੀ ਵੱਸਦੇ ਆ ਕਿ ਉਹਨਾਂ ਲਈ ਗੌਰਵ ਅਤੇ ਉਹਨਾਂ ਦਾ ਦਿਲ ਅਤੇ ਉਹਨਾਂ ਦੀ ਛਾਤੀ ਚੌੜੀ ਹੋ ਜਾਣੀ ਚਾਹੀਦੀ ਹੈ ਕਿ ਅੱਜ ਘਰ ਅਸੀਂ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਦੇਖਣ ਆਏ ਹਾਂ। ਸਰਦਾਰ ਕਰਤਾਰ ਸਿੰਘ ਸਰਾਭਾ ਉਹ ਸ਼ਖਸ ਸੀ ਜਿਹਨੇ ਛੋਟੀ ਉਮਰ ਦੇ ਵਿੱਚ ਹੀ ਸ਼ਹਾਦਤ ਦੇ ਕੇ ਕਹਿ ਲਓ ਕਿ ਪੰਜਾਬ ਦਾ ਨਾਂ ਉੱਚਾ ਕਰਤਾ ਸੀ। ਇਹ ਪੰਜਾਬ ਦੀ ਧਰਤੀ ਹੈ ਜਿੱਥੇ ਇਕੱਲੇ ਇਕੱਲੇ ਘਰ ਦੇ ਵਿੱਚ ਬਹਾਦਰ ਸੂਰਵੀਰ ਯੋਧੇ ਪੈਦਾ ਹੋਏ ਹੈ ਅਤੇ ਸਾਡੇ ਲਈ ਸਭ ਤੋਂ ਵੱਧ ਪ੍ਰੇਰਣਾ ਸਰੋਤ ਸਰਦਾਰ ਕਰਤਾਰ ਸਿੰਘ ਸਰਾਭਾ ਸੀ। ਅੱਜ ਇਸੇ ਘਰ ਦੇ ਵਿੱਚ ਵੀ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ 24 ਮਈ 1896 ਨੂੰ ਸਰਾਭਾ ਵਿਖੇ। ਸਰਾਭਾ ਸਾਨੂੰ ਮੈਂ ਦੱਸ ਦਿਆਂ ਵੀ ਲੁਧਿਆਣੇ ਜ਼ਿਲ੍ਹੇ 'ਚ ਪੈਂਦਾ ਅਤੇ ਅੱਜ ਆਪਾਂ ਉਹਨਾਂ ਦਾ ਜੱਦੀ ਘਰ ਦੇ ਵਿੱਚ ਹਾਂ ਅਤੇ ਜੱਦੀ ਘਰ ਉਵੇਂ ਦਾ ਉਵੇਂ ਹੀ ਰੱਖਿਆ ਗਿਆ ਅਤੇ ਉਹਨਾਂ ਨਾਲ ਜੁੜੀਆਂ ਹੋਈਆਂ ਯਾਦਾਂ ਅਤੇ ਉਸ ਸਮੇਂ ਕਿਵੇਂ ਉਹਨਾਂ ਦਾ ਸਾਰੇ ਜੀਵਨ 'ਤੇ ਝਾਤ ਪਾਵਾਂਗੇ ਅਤੇ ਨਾਲੇ ਉਹਨਾਂ ਨਾਲ ਜੁੜੀਆਂ ਹੋਈਆਂ ਛੋਟੀਆਂ ਛੋਟੀਆਂ ਚੀਜ਼ਾਂ ਜਾਂ ਦਸਤਾਵੇਜ਼ ਜੋ ਵੀ ਘਰ ਦੇ ਵਿੱਚ ਮੌਜੂਦ ਆ ਉਹ ਸਾਰੀਆਂ ਤੁਹਾਨੂੰ ਦਿਖਾਵਾਂਗੇ ਚੀਜ਼ਾਂ। ਆਓ ਚੱਲੀਏ। ਜਦ ਕਦੇ ਵੀ ਤੁਹਾਡਾ ਗੇੜਾ ਸਰਾਭੇ ਲੱਗੇ ਤਾਂ ਤੁਸੀਂ ਇਸ ਘਰ ਦੇ ਵਿੱਚ ਜ਼ਰੂਰ ਆਇਓ। ਤੁਹਾਨੂੰ ਉਹੀ ਖੁਸ਼ਬੂ, ਉਹੀ ਮਹਿਕ ਤੁਹਾਨੂੰ ਜ਼ਰੂਰ ਮਿਲੂਗੀ। ਵਤਨ ਪ੍ਰਸਤੀ ਕੀ ਹੁੰਦੀ ਆ, ਵਤਨ ਦਾ ਪਿਆਰ ਕੀ ਹੁੰਦਾ, ਜ਼ਰੂਰ ਇਹ ਚੀਜ਼ ਤੁਹਾਨੂੰ ਇਸ ਘਰ ਨੂੰ ਵੇਖ ਕੇ ਸਿੱਖਣ ਨੂੰ ਮਿਲੂਗੀ। ਦਰਸ਼ਕੋ, ਤੁਹਾਨੂੰ ਮੈਂ ਇੱਕ ਜ਼ਰੂਰੀ ਗੱਲ ਦੱਸਾਂ ਵੀ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਜਨਮ ਇਸੇ ਕਮਰੇ ਦੇ ਵਿੱਚ ਹੋਇਆ ਸੀ। ਪਿਤਾ ਮੰਗਲ ਸਿੰਘ, ਮਾਤਾ ਸਾਹਿਬ ਕੌਰ, ਇਸੇ ਕਮਰੇ ਦੇ ਵਿੱਚ ਹੀ ਜਨਮ ਹੋਇਆ ਸੀ ਅਤੇ ਜੋ ਤੁਸੀਂ ਵੇਖ ਰਹੇ ਹੋ ਇਹ ਉਸੇ ਤਰ੍ਹਾਂ ਹੂਬਹੂ ਉਵੇਂ ਹੀ ਰੱਖਿਆ ਹੋਇਆ ਵਾ। ਜਿਹੜੀ ਲਾਈਟ ਦੀ ਫਿਟਿੰਗ ਆ ਇਹ ਵੀ ਸਾਰੀ ਉਵੇਂ ਹੀ ਰੱਖੀ ਹੋਈ ਆ। ਜਿਹੜੀ ਸਰਾਭਾ ਜੀ ਨੇ ਪੜ੍ਹਾਈ ਪੜ੍ਹੀ ਸੀ ਉਹ ਇਸੇ ਪਿੰਡ 'ਚ ਸ਼ੁਰੂਆਤੀ ਪੜ੍ਹਾਈ ਇੱਥੋਂ ਹੀ ਪੜ੍ਹੀ ਸੀ। ਉਸ ਤੋਂ ਬਾਅਦ ਲੁਧਿਆਣੇ ਪੜ੍ਹਾਈ ਕੀਤੀ ਅਤੇ ਫਿਰ ਇੱਕ ਮੈਂ ਹੋਰ ਦੱਸਦੇ ਹਾਂ ਵੀ ਸਰਾਭਾ ਜੀ ਦੇ ਮਾਤਾ ਪਿਤਾ ਨਾ ਛੋਟੀ ਉਮਰ ਦੇ ਵਿੱਚ ਹੀ ਅਕਾਲ ਚਲਾਣਾ ਕਰ ਗਏ ਸੀ ਅਤੇ ਉਸ ਤੋਂ ਬਾਅਦ ਉਹਨਾਂ ਦਾ ਪਾਲਣ ਪੋਸ਼ਣ ਦਾਦਾ ਜੀ ਉਹਨਾਂ ਨੇ ਕੀਤਾ ਅਤੇ ਪੜ੍ਹਾਈ ਦੇ ਵਿੱਚ ਇੰਨਾ ਹੁਸ਼ਿਆਰ ਸੀ ਕਿ ਫਿਰ ਇਹਨਾਂ ਕੋਲ ਆਪਦੇ ਚਾਚਾ ਜੀ ਕੋਲ ਚਲੇ ਗਏ ਸੀ ਰੇਵਨਸ਼ਾ ਯੂਨੀਵਰਸਿਟੀ। ਇਹ ਉੜੀਸਾ ਦੇ ਵਿੱਚ ਪੈਂਦੀ ਹੈ ਰੇਵਨਸ਼ਾ ਯੂਨੀਵਰਸਿਟੀ, ਉੱਥੇ ਪੜ੍ਹਾਈ ਪੜ੍ਹੀ। ਉਸ ਤੋਂ ਬਾਅਦ ਦੇਖਿਆ ਵੀ ਪੜ੍ਹਾਈ 'ਚ ਕਾਫੀ ਹੁਸ਼ਿਆਰ ਆ ਤਾਂ ਦਾਦਾ ਜੀ ਨਾਲ ਰਾਇ ਸਲਾਹ ਕਰਕੇ ਅਮਰੀਕਾ ਚਲੇ ਗਏ ਉਹਨਾਂ ਵੇਲਿਆਂ ਦੇ ਵਿੱਚ। ਸਾਡੇ ਬੱਚੇ ਅੱਜ ਜਾਂਦੇ ਆ ਨਾ ਸਾਡੇ ਭੈਣ ਭਰਾ ਵੀ ਕਹਿੰਦੇ ਆ ਪੜ੍ਹਾਈਆਂ ਪੜ੍ਹਨ ਲਈ ਅਤੇ ਉਹਨਾਂ ਦੇ ਵਿੱਚ ਦੇਖੋ ਵੀ ਕੋਈ ਕਿਸੇ ਗੱਲੋਂ ਘੱਟ ਨਹੀਂ ਸੀ ਉਹ, ਅਤੇ ਪਰ ਕਹਿ ਲਓ ਕਿ ਉਹਨਾਂ ਦੇ ਵਿੱਚ ਜਨੂੰਨ ਸੀ ਦੇਸ਼ ਭਗਤੀ ਦਾ ਉਹ ਵੀ ਨਾਲ ਦੀ ਨਾਲ ਹੀ ਸੀ। ਅਤੇ ਉੱਥੋਂ ਫਿਰ ਦੱਸ ਦਈਏ ਮੈਨੂੰ ਲੱਗਦਾ ਵੀ ਆਪਣੇ ਭਾਰਤੀਆਂ ਵੱਲੋਂ ਪਹਿਲਾ ਪਾਇਲਟ ਕਰਤਾਰ ਸਿੰਘ ਸਰਾਭਾ ਹੀ ਹੋਊਗਾ ਕਿਉਂਕਿ ਨਿਊਯਾਰਕ ਤੋਂ ਉਹਨਾਂ ਨੇ ਉਹਨਾਂ ਵੇਲਿਆਂ ਦੇ ਵਿੱਚ ਸਿਖਲਾਈ ਲਈ ਸੀ ਨਿਊਯਾਰਕ ਤੋਂ ਜਹਾਜ਼ ਉਡਾਉਣ ਦੀ। ਪਾਇਲਟ ਸੀ ਚੋਟੀ ਦਾ ਸਾਡਾ ਕਰਤਾਰ ਸਿੰਘ ਸਰਾਭਾ। ਅਤੇ ਪਤਾ ਨਹੀਂ ਕਿਉਂ ਕਈ ਵਾਰੀ ਆਪਾਂ ਅਣਗੌਲਾ ਕਰ ਛੱਡਦੇ ਹਾਂ ਅਤੇ ਮੈਨੂੰ ਲੱਗਦਾ ਵੀ ਤੁਸੀਂ ਇਹਨਾਂ ਥਾਵਾਂ 'ਤੇ ਲਾਜ਼ਮੀ ਆਓ ਅਤੇ ਇਹਦੇ ਬਾਰੇ ਹੋਰ ਵੀ ਬਹੁਤ ਸਾਰੇ ਤੱਥ ਆ। ਨਾਲ ਦੀ ਨਾਲ ਆਪਾਂ ਇਮਾਰਤ ਨੂੰ, ਇਸ ਘਰ ਨੂੰ, ਸਾਡੀ ਵਿਰਾਸਤ ਨੂੰ, ਸਾਡੇ ਤੀਰਥ ਨੂੰ ਦੇਖਦੇ ਜਾਂਦੇ ਹਾਂ ਅਤੇ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ। ਆਓ ਦੇਖੀਏ। ਦੱਸਾਂ ਵੀ ਪੜ੍ਹਾਈ ਦੇ ਵਿੱਚ ਕਰਤਾਰ ਸਿੰਘ ਸਰਾਭਾ ਇੰਨਾ ਹੁਸ਼ਿਆਰ ਸੀ ਕਿ ਉਹਨਾਂ ਨੇ ਰਸਾਇਣ ਵਿਗਿਆਨ ਦੇ ਵਿੱਚ ਬਰਕਲੀ ਯੂਨੀਵਰਸਿਟੀ ਕੈਲੀਫੋਰਨੀਆ ਉੱਥੋਂ ਪੜ੍ਹਾਈ ਪੜ੍ਹੀ ਸੀ। ਅਤੇ ਇਹਨਾਂ ਦੇ ਦਿਲ 'ਚ ਸੱਟ ਪਤਾ ਕਦੋਂ ਵੱਜੀ, ਉਸ ਸਮੇਂ ਜਪਾਨੀ ਤਾਂ ਆਜ਼ਾਦ ਸੀ ਅਤੇ ਆਮ ਤੌਰ 'ਤੇ ਹੋਟਲਾਂ ਦੇ ਵਿੱਚ ਲਿਖਿਆ ਹੁੰਦਾ ਸੀ ਇੰਡੀਅਨਸ ਐਂਡ ਡੋਗਸ ਆਰ ਨੋਟ ਅਲਾਊਡ, ਮਤਲਬ ਕੁੱਤੇ ਅਤੇ ਭਾਰਤੀ ਅਲਾਊਡ ਨਹੀਂ ਹੈਗੇ ਹੋਟਲਾਂ ਦੇ ਵਿੱਚ, ਮਤਲਬ ਵਿਤਕਰਾ ਕੀਤਾ ਜਾਂਦਾ ਸੀ ਸਰ ਭਾਰਤੀਆਂ ਦੇ ਨਾਲ। ਤਾਂ ਕਰਤਾਰ ਸਿੰਘ ਸਰਾਭਾ ਨੇ ਸੋਚਿਆ ਵੀ ਇਹ ਤਾਂ ਗੱਲ ਕਾਹਦੀ ਹੋਈ ਆ, ਸਾਡੀ ਵੀ ਤਾਂ ਆਜ਼ਾਦੀ ਹੋਣੀ ਚਾਹੀਦੀ ਆ, ਸਾਡੀ ਵੀ ਤਾਂ ਇੱਜ਼ਤ ਹੋਣੀ ਚਾਹੀਦੀ ਹੈ, ਜੱਗ ਦੀ ਜ਼ਮੀਰ ਵਾਲੇ ਦਾ ਇਹੀ ਤਾਂ ਖਿਆਲ ਹੁੰਦਾ ਵੀ ਅਸੀਂ ਆਜ਼ਾਦ ਹੋਣੇ ਚਾਹੀਦੇ ਹਾਂ। ਤਾਂ ਉਹਨਾਂ ਵੇਲਿਆਂ ਦੇ ਵਿੱਚ 1913 ਦੇ ਵਿੱਚ ਇੱਕ ਸੀ ਲਹਿਰ ਚੱਲੀ ਸੀ ਗਦਰ, ਗਦਰ ਉਸ ਸਮੇਂ ਸੋਹਣ ਸਿੰਘ ਭਕਨਾ ਜੀ ਹੋਣੀ ਉਹਦੇ ਸੰਸਥਾਪਕ ਹੁੰਦੇ ਸੀਗੇ
ਤੇ ਮੈਗਜ਼ੀਨ ਕੱਢੇ ਜਾਂਦੇ ਸੀ ਉਸ ਸਮੇਂ, ਜੁਗੰਤਰ ਵੀ ਸੀ। ਇਹ ਕਰਤਾਰ ਸਿੰਘ ਸਰਾਭਾ ਆਪ ਹੀ ਬਹੁਤ ਤਕੜੇ ਰਾਈਟਰ ਸੀਗੇ, ਜਿਨ੍ਹਾਂ ਦੀ ਤੁਸੀਂ ਆਪ ਪੜ੍ਹਿਆ ਹਿੰਦ ਵਾਸੀ ਉਹ ਰੱਖਣਾ ਜਾਂ ਸਾਨੂੰ ਕਿਤੇ ਦਿਲਾਂ ਚੋਂ ਭੁਲਾ ਜਾਣਾ, ਇਹ ਇਹਨਾਂ ਦੀ ਹੀ ਰਚਨਾ ਸੀ। ਤਾਂ ਉੱਥੇ ਪੜ੍ਹਾਈ ਪੜ੍ਹੀ ਅਤੇ ਉਸ ਸਮੇਂ ਸਭ ਤੋਂ ਵੱਡਾ ਕੰਮ ਹੁੰਦਾ ਸੀਗਾ ਮੈਗਜ਼ੀਨ, ਜੋ ਉਸ ਸਮੇਂ ਰਸਾਲੇ ਨਿਕਲਦੇ ਸੀ, ਅਖਬਾਰ ਨਿਕਲਦੇ ਸੀ ਗਦਰ ਅਤੇ ਗਦਰ ਗੂੰਜ, ਉਹਨਾਂ ਨੂੰ ਵੰਡਣਾ ਬਹੁਤ ਚੁਣੌਤੀਪੂਰਨ ਕੰਮ ਸੀ। ਮੰਨ ਲਓ ਕਿ ਕੋਈ ਸਰਕਾਰ ਦੇ ਉਲਟ ਕੰਮ ਕਰਨਾ ਹੋਵੇ, ਪ੍ਰਚਾਰ ਕਰਨਾ ਹੋਵੇ, ਖਤਰਨਾਕ ਹੁੰਦਾ, ਤਾਂ ਉਹ ਕੰਮ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੇ ਆਪ ਕੀਤਾ ਸੀ ਅਤੇ ਉਹਨਾਂ ਲਈ ਰਚਨਾਵਾਂ ਲਿਖਦੇ ਵੀ ਰਹੇ। ਅਫਗਾਨਿਸਤਾਨ ਦੇ ਰਾਹੀਂ ਰਚਨਾਵਾਂ ਪੰਜਾਬ ਭੇਜਣੀਆਂ, ਫਿਰ ਉਹ ਵੰਡਣੀਆਂ ਅਤੇ ਹੋਰ ਵੀ ਥਾਵਾਂ 'ਤੇ। ਸਨ ਫਰਾਂਸਿਸਕੋ ਦੇ ਵਿੱਚ ਇਹ ਦਫ਼ਤਰ ਸੀ ਗਦਰ, ਗਦਰ ਜੋ ਪਾਰਟੀ ਬਣਾਈ ਹੋਈ ਸੀ ਉਸ ਸਮੇਂ ਸੋਹਣ ਸਿੰਘ ਭਗਨਾ ਜੀ ਹੋਣਾ ਨੇ, ਉਹ ਸਨ ਫਰਾਂਸਿਸਕੋ ਦੇ ਵਿੱਚ ਸੀ। ਪਿਆਰੇ ਦੋਸਤੋ, ਮੈਂ ਤੁਹਾਨੂੰ ਦੱਸਾਂ ਵੀ ਇਹ ਉਹ ਚੀਜ਼ ਆ ਵੀ ਜਦੋਂ ਕਰਤਾਰ ਸਿੰਘ ਸਰਾਭਾ ਹੋਣੀ ਇਹਦੇ ਨਾਲ ਵਰਜਿਸ਼ ਕਰਦੇ ਰਹੇ ਹੋਣੇ ਆ, ਆਥਣ ਵੇਲੇ ਸਾਥੀ ਇਕੱਠੇ ਹੋ ਜਾਂਦੇ ਹੋਣੇ ਆ ਜਾਂ ਸਵੇਰ ਵੇਲੇ, ਹੈ ਨਾ ਭਾਈ ਆਪਾਂ ਆਹ ਚੱਕਣਾ ਭਾਰਾ, ਇਹ ਸੌਖਾ ਨੀਗਾ। ਮਤਲਬ ਇਸ ਕਿਸਮ ਦਾ ਘਰ ਦੇ ਵਿੱਚ ਸੀ ਮਾਹੌਲ। ਇੱਕ ਮੈਂ ਤੁਹਾਨੂੰ ਦਿਖਾਊਂਗਾ ਗੇਟ ਦੇ ਵਿੱਚ ਲੋਕ ਇਸ ਕਿਸਮ ਦਾ ਲਾਇਆ ਵੀ ਕੋਈ ਤੋੜ ਨਹੀਂ ਸੀ ਸਕਦਾ ਹੁੰਦਾ। ਜਿਵੇਂ ਕਿ ਆਹ ਦੇਖਿਓ ਇੱਧਰ ਆਹ ਗੇਟ ਲੱਗਿਆ ਨਾ ਦਰਵਾਜ਼ਾ, ਅਤੇ ਦਰਵਾਜ਼ੇ ਦੇ ਮੂਹਰੇ ਆਹ ਟੰਬਾ ਲਾਇਆ ਹੋਇਆ ਇਸ ਕਿਸ ਤਰੀਕੇ ਨਾਲ, ਆਹ ਦੇ ਵਿੱਚ ਫਸਾ ਕੇ ਕੁੰਡੇ ਦੇ ਵਿੱਚ ਦੋਨਾਂ ਸਾਈਡਾਂ 'ਤੇ ਫਸਾ ਕੇ ਰੱਖਿਆ ਹੋਇਆ ਵੀ ਮੰਨ ਲਾ ਵੀ ਕੋਈ ਬਹੁਤ ਧੱਕਾ ਵੀ ਮਾਰੇ ਤਾਂ ਇੱਕਦਮ ਖੁੱਲ੍ਹ ਨਾ ਜਾਵੇ, ਟੁੱਟ ਨਾ ਜਾਵੇ, ਮਤਲਬ ਇੰਨੀ ਮਜ਼ਬੂਤੀ ਸੀ। ਅਤੇ ਉਸ ਸਮੇਂ ਦੇ ਘਰ ਦੇ ਹਿਸਾਬ ਨਾਲ ਲਾਈਏ ਕਿ ਪੂਰੀਆਂ ਆਲੀਸ਼ਾਨ ਘਰਾਂ ਦੇ ਵਿੱਚੋਂ ਘਰ ਸੀ, ਕਿਉਂਕਿ ਜਿਨ੍ਹਾਂ ਵੇੜਿਆਂ 'ਚ ਕਰਤਾਰ ਸਿੰਘ ਸਰਾਭਾ ਅਮਰੀਕਾ ਗਿਆ, ਕਿ ਮਾੜੇ ਬੰਦੇ ਦਾ ਬੱਸ ਦਾ ਰੋਗ ਨਹੀਂ ਸੀ, ਲੋਕਾਂ ਨੂੰ ਤਾਂ ਸ਼ਹਿਰ ਜਾਣਾ ਔਖਾ ਹੋ ਜਾਂਦਾ ਸੀ, ਹੈ ਨਾ, ਰੁਪਈਆ ਕਰੰਸੀ ਨਹੀਂ ਸੀ ਹੁੰਦੀ ਉਦੋਂ ਇੰਨੀ ਬਾਹਲੀ ਲੋਕਾਂ ਕੋਲ, ਤਾਂ ਬਹੁਤ ਅਮੀਰ ਘਰ ਦਾ ਬੰਦਾ ਸੀ, ਚਾਹੁੰਦਾ ਤਾਂ ਐਸ਼ੋ ਆਰਾਮ ਦੇ ਨਾਲ ਆਪਦੀ ਜ਼ਿੰਦਗੀ ਬਤੀਤ ਕਰ ਸਕਦਾ ਸੀ। ਇੱਕ ਮੈਂ ਤੁਹਾਨੂੰ ਹੋਰ ਦਿਖਾ ਦਿਆਂ ਵੀ ਮਾਡਰਨ ਤਕਨੀਕ ਆ ਵੀ ਅੱਜ ਕੱਲ੍ਹ ਆਪਾਂ ਰੋਸ਼ਨੀ ਦੇ ਲਈ ਰੱਖਦੇ ਹਾਂ, ਤਾਂ ਉਹ ਦੇਖੋਗੇ ਤਾਂ ਤੁਸੀਂ ਅਗਰ ਘਰ ਦੇ ਵਿੱਚ ਲਾਈਟ ਨਾ ਹੋਵੇ ਤਾਂ ਉੱਥੋਂ ਦੀ ਰੋਸ਼ਨੀ ਪੈਣ ਦੇ ਵਾਸਤੇ ਮੂੰਹ 'ਤੇ ਕੱਚ ਦਾ ਅਤੇ ਇਸ ਕਿਸਮ ਦੀ ਇਹ ਚੀਜ਼ ਰੱਖੀ ਹੁੰਦੀ ਸੀ, ਮਤਲਬ ਚਾਨਣ ਪੈਣ ਨੂੰ ਪੂਰਾ ਉਵੇਂ ਮੋਗਰੇ ਛੱਡੇ ਹੋਏ ਆ ਕੱਚ ਦੇ ਨਾਲ, ਅਤੇ ਇਸ ਸਮੇਂ ਉਸ ਸਮੇਂ ਦੇ ਜਾਂ ਚੂਨੇ ਦੇ ਨਾਲ ਬਣਿਆ ਘਰ ਆ ਅਤੇ ਹੂਬ ਹੂ ਉਵੇਂ ਹੀ ਸਜਾ ਕੇ ਰੱਖਿਆ ਹੋਇਆ। ਸ਼ਹੀਦ ਰਾਜ ਪ੍ਰਸਾਦ ਬਿਸਮਿਲ, ਬਾਬਾ ਹਰਨਾਮ ਸਿੰਘ ਟੁੰਡੀ ਲਾਟ, ਇਹ ਉਹ ਖਤਰਨਾਕ ਸਾਡੇ ਅੰਗਰੇਜ਼ ਗੌਰਮੈਂਟ ਲਈ ਖਤਰਨਾਕ ਸੀ ਅਤੇ ਸਾਡੇ ਲਈ ਮਾਣ ਸੀ, ਜਿਹੜੇ ਉਸ ਸਮੇਂ ਛੋਟੇ ਛੋਟੇ ਹਥਿਆਰ ਵੀ ਬਣਾਉਂਦੇ ਰਹੇ ਸੀ ਗਦਰ ਮਚਾਉਣ ਦੇ ਲਈ। ਉਹਨਾਂ ਦਾ ਇੱਕੋ ਇੱਕ ਸੁਪਨਾ ਸੀ ਯਾਰ, ਆਪਾਂ ਆਜ਼ਾਦ ਕਰਾਉਣਾ ਆਪਣੇ ਮੁਲਕ ਨੂੰ, ਠੀਕ ਆ ਨਾ। ਅਤੇ ਉਸ ਸਮੇਂ ਫਿਰੋਜ਼ਪੁਰ ਦੇ ਵਿੱਚ ਅੰਗਰੇਜ਼ ਅਫਸਰਾਂ ਦਾ ਬਹੁਤ ਵੱਡੀ ਛਾਉਣੀ ਹੁੰਦੀ ਸੀ, ਸਭ ਤੋਂ ਪਹਿਲਾਂ ਕੋਸ਼ਿਸ਼ ਕੀਤੀ ਗਈ ਵੀ ਆਪਾਂ ਉਸ 'ਤੇ ਅਟੈਕ ਕਰੀਏ। ਉੱਥੋਂ ਦੇ ਕੁਝ ਫੌਜੀਆਂ ਨੂੰ ਵੀ ਆਪਦੇ ਨਾਲ ਰਲਾਇਆ ਗਿਆ ਵੀ ਭਾਈ ਤੁਸੀਂ ਸਾਡੀ ਮਦਦ ਕਰਿਓ, ਅਤੇ ਇਹਦੇ ਲਈ ਪੈਸੇ ਦੀ ਬਹੁਤ ਲੋੜ ਸੀ, ਧਨ ਦੀ ਬਹੁਤ ਲੋੜ ਸੀ। ਇਹਦੇ ਨਾਲ ਮੈਂ ਥੋੜ੍ਹੀ ਜਿਹੀ ਰੌਚਕ ਕਹਾਣੀ ਤੁਹਾਨੂੰ ਦੱਸਦਾ ਬਈ। ਜਦੋਂ ਕਰਤਾਰ ਸਿੰਘ ਸਰਾਭਾ ਜੀ ਕਿਸੇ ਘਰੇ ਗਏ, ਡਾਕਾ ਮਾਰਨ ਗਏ, ਤਾਂ ਉੱਥੇ ਉਹਨਾਂ ਨੇ ਪਹਿਲਾਂ ਹੀ ਦੱਸਦੇ ਸੀ ਭਾਈ ਅਸੀਂ ਆਹ ਗਦਰ ਕਰਨਾ, ਆਹ ਕੰਮ ਕਰਨਾ, ਅਤੇ ਜਦੋਂ ਆਪਸੀਂ ਸਫਲ ਹੋ ਗਏ ਤਾਂ ਤੁਹਾਨੂੰ ਸਾਰੇ ਰੁਪਈਏ ਵਾਪਸ ਕਰ ਦਿਆਂਗੇ। ਅਤੇ ਇੱਕ ਵਾਰੀ ਗੱਲ ਆ ਵੀ ਜਦੋਂ ਕਿਸੇ ਦੇ ਘਰੇ ਗਏ ਸੀ ਅਤੇ ਉੱਥੇ ਜਵਾਨ ਕੁੜੀ ਦਾ ਵਿਆਹ ਸੀ, ਉਹਦੀ ਮਾਂ ਸੀ, ਤਾਂ ਕਰਤਾਰ ਸਿੰਘ ਸਰਾਭੇ ਹੋਣਾਂ ਨੇ ਸਮਾਨ ਇਕੱਠਾ ਕਰ ਲਿਆ ਜੋ ਧਨ ਰਾਸ਼ੀ ਸੀ। ਅਤੇ ਇੱਕ ਉਹਦੇ ਨਾਲ ਸੀ ਜਿਹੜਾ ਬੰਦਾ ਸਰਾਭਾ ਜੀ ਦੇ, ਉਹਦੀ ਕਿਤੇ ਕੁਲੜੀ ਦੇ ਉੱਤੇ ਮਾੜੀ ਆ ਨਜ਼ਰ ਪਈ ਜਾਂ ਉਹਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ, ਤਾਂ ਸਰਾਭੇ ਨੇ ਕੱਢਿਆ ਪਿਸਟਲ ਅਤੇ ਉਹਦੀ ਹੈਕ ਨਾਲ ਲਾਇਆ। ਕਹਿੰਦਾ ਵੀ ਗੱਲ ਕਰ, ਅਸੀਂ ਫੜੇ ਵਕਤ ਨੂੰ ਹੋਇਆ, ਨਹੀਂ ਤਾਂ ਤੈਨੂੰ ਇੱਥੇ ਹੀ ਠੋਕ ਦੇਣਾ ਸੀ। ਮਤਲਬ ਇਸ ਕਿਸਮ ਦਾ ਸੂਰਮਾ ਸੀ। ਅਤੇ ਜਿਹੜੀ ਉਹ ਕੁੜੀ ਦੀ ਮਾਂ ਸੀ, ਉਹ ਕਹਿੰਦੀ ਵੀ ਪੁੱਤ ਤੇਰੇ ਵਰਗੇ ਘਰ ਘਰ ਜੰਮਣ, ਅਗਰ ਤੁਸੀਂ ਇੰਨੀ ਦਲੇਰੀ ਦੇ ਨਾਲ ਦੇਸ਼ ਲਈ ਆਹ ਕੁਛ ਕਰ ਰਹੇ ਹੋ ਤਾਂ ਲੈ ਜਾਓ, ਸਾਰਾ ਧਨ ਤੁਹਾਡਾ ਹੀ ਆ, ਪਰ ਮੇਰੀ ਕੁੜੀ ਦਾ ਵਿਆਹ ਵਾ ਅਤੇ ਮੈਨੂੰ ਥੋੜ੍ਹਾ ਘਣਾ ਦੇ ਜਾਓ। ਅਤੇ ਸਰਾਭਾ ਜੀ ਨੇ ਜਿੰਨਾ ਧਨ ਹੋਰ ਪਾਸੋਂ ਵੀ ਇਕੱਠਾ ਕੀਤਾ ਸਾਰਾ ਮੂਹਰੇ ਵਿਛਾਤਾ, ਕਹਿੰਦਾ ਵੀ ਆਹ ਚੱਕੋ ਜਿੰਨਾ ਲੋੜ ਅਤੇ ਲੈ ਲਓ, ਠੀਕ ਹੈ ਨਾ। ਮਤਲਬ ਇਸ ਕਿਸਮ ਦੇ ਸਾਡੇ ਸਰਦਾਰਾਂ ਦੇ ਕਰੈਕਟਰ ਸੀ, ਚਰਿੱਤਰ ਸੀ, ਮਜ਼ਬੂਤ ਸੀ ਉਹ। ਮਤਲਬ ਇਹ ਨੀਗਾ ਵੀ ਕਹਿੰਦੇ ਆ ਇਸੇ ਕਰਕੇ ਅੱਜ ਆਪਾਂ ਯਾਦ ਕਰਦੇ ਹਾਂ, ਇੰਨੇ ਵਧੀਆ ਚਰਿੱਤਰ ਦੇ ਲੋਕ ਸੀ। ਹਰ ਮਤ ਹਾਸੋ ਮਾਹੌਲ ਦੇ ਵਿੱਚ ਰਹਿਣਾ, ਹੈ ਨਾ, ਹਾਸੇ ਵਾਲੀਆਂ ਗੱਲਾਂ ਵੀ ਉਹ ਕਰਦਾ ਹੁੰਦਾ ਸੀ, ਮਜ਼ਾਕ ਵੀ ਕਰਦਾ ਹੁੰਦਾ ਸੀ। ਬਹੁਤ ਛੋਟੀ ਉਮਰ ਸੀ ਅਤੇ ਜਿੱਡੇ ਉਹਦੇ ਕਾਰਨਾਮੇ ਕੀਤੇ ਨੇ, ਜੇ ਕਹਿ ਲਈਏ ਕਿ ਆਪਾਂ ਸ਼ਬਦਾਂ 'ਚ ਬਿਆਨ ਕਰ ਦਾਂਗੇ 10-15 ਮਿੰਟਾਂ 'ਚ ਪੋਸੀਬਲ ਨਹੀਂ, ਪਰ ਫਿਰ ਵੀ ਆਪਾਂ ਯਤਨ ਕਰਾਂਗੇ ਉਹਨਾਂ ਦੇ ਜੀਵਨ ਨੂੰ ਸਮਝਣ ਦੀ, ਕਿਵੇਂ ਉਹਨਾਂ ਦੀ ਸ਼ਹਾਦਤ ਹੋਈ, ਕਿਸ ਤਰੀਕੇ ਦੇ ਨਾਲ ਉਹ ਅੰਦੋਲਨ ਫੇਲ ਹੋਇਆ,
ਇਹ ਸਾਰੀਆਂ ਗੱਲਾਂ ਕਰਦੇ ਹਾਂ। ਪਿਆਰੇ ਦਰਸ਼ਕੋ, ਆਹ ਨਾ ਹੋ ਸਕਦਾ ਰਸੋਈ ਹੋਊਗੀ, ਕਿਉਂਕਿ ਜਿਸ ਹਿਸਾਬ ਦੀਆਂ ਬਾਰੀਆਂ ਬਣੀਆਂ ਹੋਈਆਂ ਨੇ, ਰੱਖਣੇ ਬਣੇ ਹੋਏ ਆ। ਇੱਕ ਇਹਦੀ ਹੋਰ ਖਾਸੀਅਤ ਦਿਖਾਉਂਦਾ ਵੀ ਇੱਥੇ ਚਬੱਚਾ ਬਣਿਆ ਹੋਇਆ ਆ ਮੈਟ ਦੇ ਥੱਲੇ ਨਾ, ਆਹ ਦੇਖੋ ਆਹ ਚਬੱਚਾ ਬਣਿਆ ਵਾ, ਹੈ ਨਾ, ਭਾਂਡੇ ਵਗੈਰਾ ਧੋਣ ਦਾ ਹੋ ਸਕਦਾ ਪ੍ਰਬੰਧ। ਅਤੇ ਇਸ ਕਿਸਮ ਦੀ ਆਹ ਦੇਖੋ, ਮਤਲਬ ਪੱਥਰ ਲੱਗਿਆ ਹੋਇਆ, ਅਤੇ ਇਸ ਕਿਸਮ ਦੀ ਇੱਥੇ ਰਸੋਈ ਹੋ ਸਕਦੀ ਆ ਵੀ, ਜਿਸ ਹਿਸਾਬ ਦੇ ਨਮੂਨੇ ਮਿਲਦੇ ਆ। ਅਤੇ ਇੱਕ ਘਰ ਦੇ ਪੱਖੋਂ ਹਰ ਚੀਜ਼ ਕਮਾਲ ਦੀ ਆ, ਪੂਰਾ ਆਰਕੀਟੈਕਚਰ ਦੇ ਹਿਸਾਬ ਦੇ ਨਾਲ ਨਕਸ਼ਾ ਨਵੀਸ਼ ਦੇ ਤਹਿਤ ਪਾਇਆ ਗਿਆ। ਜਿਵੇਂ ਤੁਸੀਂ ਆਹ ਦੇਖੋਗੇ ਬਾਰੀਆਂ, ਤਾਂ ਰੱਖੜੇ ਉਵੇਂ ਹੀ ਬਣਾਏ ਗਏ ਆ ਸਾਰੇ, ਅਤੇ ਧੂੰਆਂ ਨਿਕਲਣ ਨੂੰ ਵੀ ਮੋਗਰੇ ਛੱਡੇ ਹੋਏ ਆ। ਲੂੰਬੇ ਤਾਂ ਚੁੱਲ੍ਹਿਆਂ 'ਚ ਹੁੰਦੇ ਸੀ, ਹਵਾ ਧੂੰਆਂ ਵਗੈਰਾ ਨਿਕਲਦਾ ਹੋਵੇ ਵਾਸਤੇ ਵੀ ਛੱਤ ਨਾ ਖਰਾਬ ਹੋਵੇ, ਆਕਸੀਜਨ ਦਾ ਵੀ ਅੰਦਰ ਪ੍ਰਬੰਧ ਬਣਿਆ ਰਹੇ। ਇਸ ਕਰਕੇ ਬਹੁਤ ਖਾਸ ਤਰੀਕੇ ਨਾਲ ਬਣਾਈ ਹੋਈ ਸੀ ਰਸੋਈ ਉਸ ਸਮੇਂ। ਉਸ ਵਕਤ ਇੱਥੇ ਆਟਣੀਆਂ ਡਰੰਮੀਆਂ ਪਈਆਂ ਹੋਣਗੀਆਂ, ਹੈ ਨਾ, ਅਤੇ ਲਾਜਵਾਬ ਸੀ ਗੱਲਾਂ ਬਾਤਾਂ। ਅਸਲ 'ਚ ਜਿਹੜਾ ਫਿਰੋਜ਼ਪੁਰ ਗਦਰ ਮਚਾਉਣ ਦਾ ਪਲੈਨ ਸੀ ਨਾ, 21 ਫਰਵਰੀ ਸੀ, ਪਰ ਉਸ ਸਮੇਂ ਗਦਾਰ ਵੀ ਸੀ ਵਿੱਚ ਕਿਰਪਾਲ ਸਿੰਘ ਵਰਗੇ, ਉਹਨੇ ਸਾਰੀ ਗੱਲ ਅੰਗਰੇਜ਼ਾਂ ਨੂੰ ਦੱਸਤੀ, ਭਾਈ ਇਹ ਗਦਰ ਮਚਾਉਣਗੇ। ਤਾਂ ਫਿਰ ਐਨ ਮੌਕੇ 'ਤੇ ਪਲੈਨ ਬਦਲਣਾ ਪਿਆ, 19 ਫਰਵਰੀ ਕਰਨਾ ਪਿਆ। ਕਹਿ ਲਓ ਕਿ ਸਮੇਂ ਤੋਂ ਪਹਿਲਾਂ ਜਦੋਂ ਹੁੰਦਾ ਕੰਮ, ਤਾਂ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਤਬਦੀਲੀਆਂ ਹੁੰਦੀਆਂ। ਇਸ ਸਮੇਂ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨਾਲ ਰਾਸ ਬਿਹਾਰੀ ਬੋਸ ਵੀ ਸੀ, ਵਿਸ਼ਨੂੰ ਗਣੇਸ਼ ਪਿੰਗਲੇ ਵੀ ਸੀ, ਅਤੇ ਹੋਰ ਵੀ ਬਹੁਤ ਸਾਡੇ ਸੂਰਮੇ ਵੀ ਸੀ। ਤਾਂ ਜਦੋਂ ਪਲੈਨ ਬਦਲਿਆ ਗਿਆ, ਕੁਦਰਤੀ ਉੱਥੋਂ ਮਿਲ ਗਈ, ਉਹਨਾਂ ਨੂੰ ਸੂਹ ਮਿਲ ਗਈ ਭਾਈ ਗਦਰ ਮਚਾਉਣਗੇ, ਤਾਂ ਹੌਲ ਜਿਹੜੇ ਅੰਦਰ ਛਾਉਣੀ ਦੇ ਅੰਦਰ ਮੁਲਾਜ਼ਮ ਸੀ, ਉਹਨਾਂ ਨੇ ਮਦਦ ਕਰਨ ਤੋਂ ਇਨਕਾਰ ਕਰਤਾ। ਤਾਂ ਉਸ ਸਮੇਂ ਕਹਿ ਲਓ ਕਿ ਉਹ ਗਦਰ ਫੇਲ ਹੋਇਆ। ਰਾਸ ਬਿਹਾਰੀ ਬੋਸ, ਸਰਦਾਰ ਕਰਤਾਰ ਸਿੰਘ ਸਰਾਭਾ ਜੀ ਹੁਣੀ ਨਿਰਾਸ਼ ਹੋ ਕੇ ਫਿਰ ਇੱਧਰ ਵਾਪਸ ਆ ਗਏ ਸੀ ਲਾਹੌਰ ਵੱਲ ਲਈ, ਫਿਰ ਉਸ ਤੋਂ ਬਾਅਦ ਅਫਗਾਨਿਸਤਾਨ ਚਲੇ ਗਏ ਸੀ ਕੁਛ ਸਮੇਂ ਲਈ, ਅਤੇ ਉੱਥੋਂ ਫਿਰ ਵਾਪਸ ਆਏ, ਕਿਉਂਕਿ ਉਸ ਸਮੇਂ ਬਹੁਤ ਸਾਰੇ ਸੂਰਮੇ ਫੜੇ ਜਾ ਚੁੱਕੇ ਸੀ। ਤਾਂ ਸਰਾਭੇ ਨੇ ਸੋਚਿਆ, ਬਈ ਯਾਰ ਮੈਂ ਬਾਗੀ ਹੋ ਕੇ ਇੰਨਾ ਦੂਰ ਕਿਉਂ ਰਹਿ ਸਵਾਂ, ਜਦੋਂ ਮੇਰੇ ਸਾਥੀ ਫੜੇ ਗਏ ਆ, ਮੇਰੀ ਵੀ ਜ਼ਮੀਰ ਜਾਗਦੀ ਆ, ਮੈਂ ਵੀ ਜਾ ਕੇ ਕੁਰਬਾਨੀ ਦੇਵਾਂ। ਉਹਦਾ ਇੱਕੋ ਇੱਕ ਸੁਪਨਾ ਸੀ ਕਿ ਮੈਂ ਲੜਦਾ ਹੋਵਾਂ, ਸ਼ਹੀਦ ਹੋਵਾਂ। ਅਤੇ ਇੱਕ ਮੈਂ ਹੋਰ ਤੁਹਾਨੂੰ ਰੌਚਕ ਗੱਲ ਦੱਸ ਦਿਆਂ, ਵੀ ਇੰਨਾ ਮਜ਼ਾਕੀਆ ਸੁਭਾਅ ਦਾ ਸੀ ਕਿ ਇੱਕ ਵਾਰੀ ਨਾ ਸਾਈਕਲ 'ਤੇ ਕਰਤਾਰ ਸਿੰਘ ਸਰਾਭਾ ਜਾਵੇ, ਉੱਥੇ ਮੂਹਰੇ ਪੁਲਿਸ ਦੀ ਰੇਡ ਪਈ ਹੋਈ, ਸਰਾਭਾ ਵਿੱਚ ਜਾ ਕੇ ਕੋਟ ਪੈਂਟ ਪਾਇਆ, ਐਂ ਖੜ ਗਿਆ ਜਾ ਕੇ, ਕਹਿੰਦਾ ਵੀ ਕਹਿੰਦੇ ਆ ਵੀ ਕੀ ਗੱਲ ਹੋ ਗਈ, ਕਹਿੰਦੇ ਵੀ ਇੱਥੇ ਕ੍ਰਾਂਤੀਕਾਰੀ ਆ, ਇੱਥੇ ਕਹਿੰਦਾ ਦੇਸ਼ ਦੇ ਉਲਟ ਕੰਮ ਕਰਨ ਵਾਲੇ ਲੋਕ ਰਹਿੰਦੇ ਆ। ਤਾਂ ਸਰਾਭਾ ਕਹਿੰਦਾ ਹਾਂ ਵੀ ਹਾਂ, ਬਹੁਤ ਗਲਤ ਗੱਲ ਉਹਨਾਂ ਲਈ, ਫੜੋ ਫੜੋ ਇਹਨਾਂ ਨੂੰ। ਮਤਲਬ 10-15 ਮਿੰਟ ਉੱਥੇ ਖੜਾ ਗੱਲਾਂ ਕਰੀ ਗਿਆ, ਹਾਲਾਂਕਿ ਕ੍ਰਾਂਤੀਕਾਰੀ ਵੱਡਾ ਇਹੀ ਸੀ ਆਪ। ਤਾਂ ਇਸ ਗੱਲ ਦਾ ਖੁਲਾਸਾ ਉਦੋਂ ਇੰਸਪੈਕਟਰ ਨੇ ਪਛਾਣਿਆ, ਭਾਈ ਤੂੰ ਤਾਂ ਜਦੋਂ ਗ੍ਰਿਫਤਾਰੀ ਹੋਈ ਨਾ ਲਾਸਟ ਦੇ ਉੱਤੇ ਕਰਤਾਰ ਸਿੰਘ ਸਰਾਭਾ ਦੀ, ਉਦੋਂ ਪਛਾਣਿਆ ਵੀ ਇਹ ਤਾਂ ਉਹ ਬੰਦਾ ਸੀ ਜਿਹੜਾ ਮੈਨੂੰ ਰਿਆਂ ਦੇ ਜਾਂਦਾ ਸੀ, 15 ਮਿੰਟ ਮੇਰੇ ਕੋਲ ਖੜਾ। ਮਤਲਬ ਇਸ ਕਿਸਮ ਦਾ ਯਾਰ ਦਲੇਰ ਬੰਦਾ ਸੀ, ਪਰਵਾਹ ਹੀ ਨਹੀਂ ਕੀਤੀ ਜੱਟ ਨੇ, ਇਸ ਕਿਸਮ ਦਾ ਸੀ ਸਾਡਾ ਸੂਰਵੀਰ ਜੋਧਾ। ਦਰਸ਼ਕੋ, ਇਹ ਆ ਚੁਬਾਰਾ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ। ਆਹ ਮੈਂ ਜਿਹੜੀਆਂ ਪੌੜੀਆਂ ਚੜ੍ਹ ਕੇ ਆਇਆ, ਇੱਥੋਂ ਦੀ ਸਰਾਭਾ ਸਾਡਾ ਚੜ੍ਹਦਾ ਹੋਊਗਾ, ਉਤਰਦਾ ਹੋਊਗਾ, ਹੈ ਨਾ, ਪਤੰਗ ਗੁੱਡੇ ਘੱਡੇ ਵੀ ਇੱਥੇ ਚੜਾਉਂਦਾ ਹੋਊਗਾ, ਹੈ ਨਾ, ਬੱਚਿਆਂ ਵਾਲੀਆਂ ਇਹ ਵੀ ਸ਼ੌਕ ਹੋ ਸਕਦੇ ਆ ਉਹਦੇ। ਅਤੇ ਪਰ ਉਹਦੇ ਨਾਲ ਨਾਲ ਜੋ ਦੇਸ਼ ਨੂੰ ਆਜ਼ਾਦ ਕਰਾਉਣ ਵਾਲਾ ਜਜ਼ਬਾ ਸੀ ਨਾ, ਇਹ ਵੱਡਿਆਂ ਵੱਡਿਆਂ 'ਚ ਨਹੀਂ ਹੁੰਦਾ। ਅਤੇ ਉਹ ਛੋਟੀ ਉਮਰ ਦੇ ਵਿੱਚ ਹੀ ਜਜ਼ਬਾ ਲੈ ਕੇ ਅਤੇ ਸਾਡਾ ਨਾਂ ਰੋਸ਼ਨ ਕਰ ਗਿਆ, ਸਾਡੇ ਪੰਜਾਬ ਦਾ ਨਾਂ ਰੋਸ਼ਨ ਕਰ ਗਿਆ ਸੂਰਬੀਰ ਜੀ ਦਾ। ਉਹਦੀ ਕੁਰਬਾਨੀ ਬਾਰੇ ਵੀ ਆਪਾਂ ਗੱਲਾਂ ਕਰਦੇ ਹਾਂ। ਕਹਿੰਦੇ ਵੀ ਉਦੋਂ ਬਾਅਦ ਜਦੋਂ ਅਫਗਾਨਿਸਤਾਨ ਤੋਂ ਵਾਪਸ ਲਾਹੌਰ ਆ ਗਿਆ ਨਾ, CID ਹੋ ਗਈ, ਤਾਂ ਉੱਥੇ ਗ੍ਰਿਫਤਾਰ ਹੋ ਗਿਆ। ਤਾਂ ਟਾਮਕਿਨ ਇੱਕ ਅਫਸਰ ਸੀ, ਟਾਮਕਿਨ, ਉਹਨੂੰ ਕਹਿੰਦਾ ਸਰਾਭਾ, ਕਹਿੰਦਾ ਯਾਰ ਕੁਛ ਖਾਣ ਨੂੰ ਨਹੀਂ ਲੈ ਕੇ ਆਇਆ। ਦੇਖੋ ਕਿੰਨਾ ਲਾਪਰਵਾਹ ਬੰਦਾ, ਵੀ ਕਹਿੰਦਾ ਬੇਪਰਵਾਹ, ਲਾਪਰਵਾਹ ਨਹੀਂ ਕਹਿ ਸਕਦੇ, ਬੇਪਰਵਾਹ। ਅਤੇ ਕਹਿੰਦਾ ਵੀ ਯਾਰ ਕੁਛ ਖਾਣ ਨੂੰ ਨਹੀਂ ਲੈ ਕੇ ਆਇਆ। ਜਿਵੇਂ ਆਪਾਂ ਥਾਣੇਦਾਰ ਮੂਹਰੇ ਨਾਕਾ ਲੱਗਿਆ ਹੋਵੇ, ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਭਾਈ ਇਹ ਤਾਂ ਪੰਗਾ ਪੈ ਗਿਆ, ਪਰ ਉਹ ਕਿੰਨਾ ਖੁਸ਼ ਸੀ। ਅਤੇ ਉਸ ਤੋਂ ਬਾਅਦ ਜਦੋਂ ਅਦਾਲਤਾਂ ਦੇ ਵਿੱਚ ਕੇਸ ਚੱਲਿਆ, ਤਕਰੀਬਨ 1.5 ਸਾਲ ਕੇਸ ਚੱਲਿਆ ਸੀ, ਤਾਂ ਸਭ ਤੋਂ ਛੋਟੀ ਉਮਰ ਦਾ ਕਰਤਾਰ ਸਿੰਘ ਸਰਾਭਾ ਸੀ। ਕਹਿੰਦੇ ਵੀ ਉਹਨਾਂ ਨੇ, ਜੱਜ ਨੇ ਕਿਹਾ ਵੀ ਤੂੰ ਛੋਟੀ ਉਮਰ ਦਾ ਵਾ, ਤੂੰ ਆਪਦਾ ਗੁਨਾਹ ਕਹਿ ਲਾ ਕੇ ਮਾਫ਼ੀ ਮੰਗ ਲਾ ਅਤੇ ਸਾਰਾ ਖਹਿੜਾ ਛੱਡ ਜੂਗਾ, ਵੀ ਤੈਨੂੰ ਇੱਕ ਦਿਨ ਹੋਰ ਦਿੱਤਾ। ਤਾਂ ਚਲੋ ਉਹਦੇ ਵਿੱਚ ਹੀ ਮੈਂ ਗੱਲ ਇੱਕ ਹੋਰ ਦੱਸ ਦਿਆਂ, ਵੀ ਜਦੋਂ ਦਾਦਾ ਜੀ ਉਹਨਾਂ ਨੂੰ ਮਿਲਣ ਆਉਂਦੇ ਸੀ ਨਾ, ਤਾਂ ਦਾਦਾ ਜੀ ਕਹਿੰਦੇ ਵੀ ਇੰਨੀਆਂ ਕੁਰਬਾਨੀਆਂ ਹੋਈਆਂ, ਵੀ ਤੈਨੂੰ ਕੀ ਮਿਲੂਗਾ। ਅਤੇ ਹਾਂ, ਸਰਦਾਰ ਕਰਤਾਰ ਸਿੰਘ ਸਰਾਭਾ ਕਹਿੰਦੇ ਵੀ ਜਿਹੜਾ ਆਪਣਾ ਫਲਾਨਾ ਰਿਸ਼ਤੇਦਾਰ ਸੀ, ਉਹ ਕੀ, ਉਹ ਕਿੱਥੇ ਆ? ਕਹਿੰਦੇ ਉਹ ਤਾਂ ਪਲੇਗ ਨਾਲ ਮਰ ਗਿਆ।
ਜਿਹੜਾ ਫਲਾਣਾ ਰਿਸ਼ਤੇਦਾਰ ਸੀ ਉਹ ਫਲਾਹੇਜੇ ਨਾਲ ਮਰ ਗਿਆ। ਕਹਿੰਦਾ ਵੀ ਜਦੋਂ ਉਹ ਮਰ ਗਏ ਤਾਂ ਰਹਿਣਾ ਤਾਂ ਆਪਾਂ ਵੀ ਨਹੀਂ, ਕਿਉਂ ਨਾ ਵੀ ਕੁਰਬਾਨੀ ਦੇਈਏ, ਲੋਕ ਯਾਦ ਕਰਨਗੇ ਦੇਸ਼ ਨੂੰ ਲਈ ਕੁਰਬਾਨੀ ਕਰਕੇ, ਹੈ ਨਾ, ਮਰਨਾ ਸਭ ਨਹੀਂ ਆ। ਮਤਲਬ ਇਸ ਕਿਸਮ ਦੇ ਖਿਆਲ ਸੀ ਸਾਡੇ ਸੂਰਬੀਰ ਯੋਧੇ ਦੇ। ਅਤੇ ਚਲੋ ਅਗਲੀ ਗੱਲ ਹੁੰਦੀ ਹੈ ਪੇਸ਼ੀ ਅਗਲੇ ਦਿਨ ਹੁੰਦੀ ਆ। ਜਦੋਂ ਪੇਸ਼ੀ ਅਗਲੇ ਦਿਨ ਹੁੰਦੀ ਆ ਤਾਂ ਕਰਤਾਰ ਸਿੰਘ ਸਰਾਭਾ ਸਾਰੀਆਂ ਗੱਲਾਂ ਕਬੂਲ ਕਰਦਾ ਵੀ ਹਾਂ ਮੈਂ ਹੀ ਕੀਤਾ ਸੀ ਸਾਰਾ ਕੁਛ। ਤਾਂ ਕਹਿੰਦੇ ਵੀ 6-7 ਪੇਜਾਂ ਦੀ ਸਟੇਟਮੈਂਟ ਸਰਾਭੇ ਬਾਰੇ ਸੀ ਅਤੇ ਜੱਜ ਨੇ ਲਿਖਿਆ ਵੀ ਸਭ ਤੋਂ ਖਤਰਨਾਕ ਬੰਦਾ ਸੀ ਨਾ ਇਹਨਾਂ ਦੇ ਵਿੱਚ, ਅਤੇ ਹਰ ਸਾਜ਼ਿਸ਼ ਦੇ ਵਿੱਚ ਸ਼ਾਮਿਲ ਸੀ ਇਹ ਬੰਦਾ ਅਤੇ ਕਰਤਾਰ ਸਿੰਘ ਸਰਾਭਾ ਸੀ। ਅਤੇ ਇਹਨਾਂ ਨੂੰ ਫਿਰ ਫਾਂਸੀ ਦੀ ਸਜ਼ਾ ਹੋਈ ਅਤੇ ਇਸ ਸਮੇਂ ਨਾਲ 6 ਬੰਦੇ ਹੋਰ ਸੀ ਜਿਹਨਾਂ ਨੂੰ ਨਾਲ ਫਾਂਸੀ ਦੀ ਸਜ਼ਾ ਹੋਈ। 2 ਅੰਮ੍ਰਿਤਸਰ ਤੋਂ ਸੀ, ਵਿਸ਼ਨੂੰ ਗਣੇਸ਼ ਪਿੰਗਲੇ ਵੀ ਸੀ, ਅਤੇ 6 ਬੰਦੇ ਸੀ ਉਸ ਸਮੇਂ ਜਿਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ। ਹੋ ਸਕਦਾ ਕੁਝ ਲੋਕ ਔਫ ਰਿਕਾਰਡ ਵੀ ਹੋਣ, ਹੈ ਨਾ, ਜਿਹਨਾਂ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਹੋਵੇ। ਤਾਂ ਇਸ ਕਿਸਮ ਦਾ ਸੀ। ਅਤੇ ਜੱਜ ਨੂੰ ਨਹੀਂ ਇਹ ਵੀ ਆਖਿਆ ਸੀ ਸਰਾਭਾ ਜੀ ਨੇ, ਕਹਿੰਦਾ ਵੀ ਮੈਂ ਚਾਹੁੰਦਾ ਵਾਂ ਵੀ ਜਲਦੀ ਮੇਰੀ ਸ਼ਹਾਦਤ ਹੋਵੇ, ਮੈਂ ਫਿਰ ਜਨਮ ਲਵਾਂ ਅਤੇ ਫਿਰ ਦੇਸ਼ ਨੂੰ ਯਾਦ ਕਰਾਉਣ ਦੇ ਲਈ ਲੜਾਂ। ਮਤਲਬ ਇਸ ਕਿਸਮ ਦਾ ਜਜ਼ਬਾ ਸੀ ਸਾਡੇ ਕਰਤਾਰ ਸਿੰਘ ਸਰਾਭਾ 'ਚ। ਆਖਰ ਉਹ ਕਾਲਾ ਦਿਨ ਆਇਆ 16 ਨਵੰਬਰ 1915, ਜਦ ਇਸ ਚੜ੍ਹਦੀ ਜੀ ਉਮਰ ਦੇ ਮੁੰਡੇ ਨੂੰ, ਚੜ੍ਹਦੀ ਉਮਰ ਦੇ ਨੌਜਵਾਨ ਨੂੰ, ਜਿਹੜਾ ਅੱਗੇ ਜਾ ਕੇ ਸ਼ਹੀਦ ਭਗਤ ਸਿੰਘ ਦਾ ਪ੍ਰੇਰਨਾ ਸਰੋਤ ਬਣਿਆ, ਜਿਸ ਦੀ ਫੋਟੋ ਹਮੇਸ਼ਾ ਸ਼ਹੀਦ ਭਗਤ ਸਿੰਘ ਦੇ ਬਟੂਏ 'ਚ ਰਹੀ, ਉਸ ਨੂੰ ਸ਼ਹੀਦ ਕਰ ਦਿੱਤਾ ਗਿਆ। ਸਾਡੀ ਟੀਮ ਬਾਈ ਗੁਰਪ੍ਰੀਤ ਸਿੰਘ ਪਿੰਡ ਸਰਾਭਾ ਦੇ ਵਾਸੀ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਆ, ਜਿਸ ਨੇ ਇਸ ਵੀਡੀਓ ਨੂੰ ਫਰਮਾਉਣ 'ਚ ਸਾਡੀ ਮਦਦ ਕੀਤੀ।